अस्सलाम वालेकुम। वालेकुम सलाम। कर रहा है मॉल चुतुसी? मैं अपने मॉल चु अपने दोस्त नु लेके आया। मेरा दोस्त आया मेरे शहर हासलपुर चो, कुछ दिनों तो डॉक्टर को मेडिसिन वगैरह ड्रॉप वगैरह अखा लै रहा है, कहते अखा कोई फर्क नहीं पै रहा। मैंने फिर याद आया, मैं तेन इमाना मॉल दिखा के लिया। हासिल कर अखा वास्ते मॉल लैके आया ना, अज अखा कुछ ठंडक फील हो रही है, अच्छ कुछ बेहतर फील कर रहा है। तो दूसरा लास्ट टाइम मैं इंटरव्यू दिता से लैपटॉप के हवाले ना, मेरे शहर हासलपुर के कुछ लोगों बड़ा पसंद भी किया, उन्होंने कहा लास्ट हूँ जो इंटरव्यू द्वारा करा तो लैपटॉप वाला सलाम लाजमी क्यों तुम हफीज सेंटर लैपटॉप के हवाले गए थे। अच्छा वालेकुम सलाम जी, जिन्होंने सलाम किया सानू। तुसी ओंज लाहौर ते रिहायश लो रही हो? नहीं मैं हासलपुर तो हां। हासलपुर तो रिहायश हुन इत्थे आ? हां जी इत्थे ही है। ब्याह हो गया वीरे दा? शादी हो गई। बुड्डी नु क्यों नहीं बाहर लेके आंदे? बुड्डी नु अगले संडे लेके आवांगे। अगले संडे इन्ने रश च आवांगे ते चल तुहानू की स्यापा पिया वा देखो सही। मैं खाने ते इनवाइट कर लांगा, नाले गपशप हो जाएगी। नहीं पता गिरते हैं मैदाने जंग में, वो तिफल क्या गिरिया जो घुटनों के बाल चले। अरे वाह बहुत शुक्रिया जी। सलाम क्यों उत्थे लोकी कहने से जदों तुसी अबीरा खान द्वारा मिलो तो साडा सलाम लाजमी क्यों, मेरा शहर हासलपुर तुहानू सलाम कह रहा है। वालेकुम असलाम हासिलपुर वाले, बहुत शुक्रिया थोड़े प्यार मोहब्बत इज्जत का। अस्सलाम वालेकुम। वालेकुम सलाम। वालेकुम सलाम। हां किरी शय वाला जेडी मैं खिला रही हो मैं नहीं बर्दाश्त करन दे। एक दे मुंडे भी हुसन तो सड़ दे, बंदा पूछे बुड्डियां दा समझ आंदा, बुड्डी बुड्डी तो सड़ दी है, हे अंतरे भी सड़ दे, हिसाब लाओ। नहीं सोने ते असी हुन की कर सकदे ए लोग? ਤੁਸੀਂ ਮੂੰਹ ਸਾਫ ਕਰੋ ਕਸਮ ਅੱਲਾ ਦੀ। ਬਹੁਤ ਪੁਰਾਣੀ ਗੱਲ ਹੋ ਗਈ, ਹਰ ਦੂਜਾ ਬੰਦਾ ਮੂੰਹ ਸਾਫ ਕਰਨ ਦਾ ਅਗਰ ਇਹ ਤੁਸੀਂ ਦੂਰੋਂ ਅੱਲਾ ਦੀ ਕਸਮ ਸਾਰੇ ਇਹੀ ਕਹਿੰਦੇ, ਕੋਈ ਨਵੀਂ ਗੱਲ? ਕਦੀ ਪਿੰਡ ਥਾਂ ਗਏ ਜੇ? ਆ ਗਈ ਹੈ ਵੀਰੇ, ਉੱਥੇ ਬੱਚੇ ਜਦੋਂ ਬਾਰਿਸ਼ ਹੁੰਦੀ ਬੱਚੇ ਕੀਸੀ ਲੈਂਦੇ ਨੇ ਨਾ, ਇਹਦੇ ਵਰਗੇ ਨਿਓਲੇ ਦੇਖੇ ਮੈਂ ਉੱਥੇ, ਉਸ ਕੀਸੀ ਵਰਗਾ ਮੂੰਹ ਤੁਹਾਡਾ ਅੱਲਾ ਦੀ ਕਸਮ। ਅੱਛਾ ਚੱਲ ਮੈਨੂੰ ਚਾਰ ਜੁਗਤਾ ਮਾਰ ਤੈਨੂੰ ਪੁੱਠਾ ਪੈਰ ਹੁੰਦਾ, ਦੂਜੀ ਵਿੰਗੀ ਜੇਬ ਹੁੰਦੀ ਹੈ, ਤੀਜੀ ਰਜ਼ਾਈ ਚ ਗੋਡਾ ਪਾਰ ਆਇਆ ਹੁੰਦਾ। ਇਹ ਆਪਣੀ ਹੈਗੀ ਜੁਗਤ ਵਧੀਆ ਜੀ, ਤੇ ਮੇਰਾ ਹਾਸਾ ਵੀ ਆਵੇ ਤਾਂ ਤੁਹਾਨੂੰ ਆਉਣਾ ਨਹੀਂ। ਤੁਸੀਂ 75 ਸਾਲ ਪੁਰਾਣੀਆਂ ਜੁਗਦਾ ਕਾਪੀ ਪੇਸਟ ਕਰੀ ਜਾ ਰਿਹਾ, ਚਲੋ ਕੋਈ ਇੱਕੋ ਹੀ ਮਾਰ ਦੇ, ਚੱਜ ਦੀ ਮਾਰ ਦੇ। ਟਮਾਟਰ ਤੇ ਪੈਰ ਆਇਆ ਹੁੰਦਾ, ਟਮਾਟਰ ਤੇ ਪੈਰ ਆਇਆ, ਕਰਦੇ ਕੀ ਹੋ ਜੋ ਅਸੀਂ ਕਰਨੇ ਨਾ, ਤੁਸੀਂ ਤੁਹਾਨੂੰ ਅਸੀਂ ਦੱਸੀਏ ਨਾ, ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓ। ਐਸਾ ਵੀਰੇ ਕੀ ਕਰਦੇ ਤੁਸੀਂ? ਅਸੀਂ ਵਿਹਲੇ ਆ। मतलब कीरी दीवार आ जगह दस, दीवार दस आ जड़ी आ भी दोबारा ही बनियां ने आ गई आ भी इटा दी बनियां कहना मानना मॉल दी दीवार पंजाब दी सब तो ऊंची दीवार आड़फा टावर दी तुसी दसो मैनूं नहीं पता ਇਹ ਤੇ ਦੰਦੀ ਤੇ ਖਾਣ ਆਇਆ ਮੈਨੂੰ ਲੱਗਦਾ ਵੀਰੇ ਤੇ ਕੀ ਤੁਸੀਂ ਵੇਲੇ ਜੁਨੀਆਂ ਤੇ ਤੁਸੀਂ ਵੀ ਹਸਣੀ ਹੋਣ ਆਏ ਆਖਿਰਕਾਰ ਇਤੀ ਨਾ ਤਾਰੀਫ ਮੇਰੀ ਇਹ ਕਰਨਾ ਚਾਹੁੰਦਾ ਸੀ ਕਾਰੀ ਦਿੱਤੀ ਨਾ ਚਲੋ ਕੋ ਸ਼ੇਰ 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 ਨਹੀਂ ਆਂਦਾ ਕੋਈ ਗਾਣਾ ਗਾਣਾ ਵੀ ਨਹੀਂ ਆਂਦਾ ਤੁਹਾਨੂੰ ਆਂਦਾ ਨਹੀਂ ਤਾਂ ਦੇ ਖਾਂ ਜੀ ਹਾਂਜੀ ਬਹੁਤ ਸ਼ੁਕਰੀਆ ਉਦਿਆਗ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਾਲੇਕੁਮ ਅਸਲਾਮ ਕੀ ਕਰਨਾ ਹੈ ਮੌਲਚ ਘੁੰਮਨੇ ਫਿਰਨੇ ਜੀ ਅੱਜ ਬੜੀ ਮੋਹਬਤੀ ਬਣ ਕੇ ਆਈ ਛਿੱਟੀ ਛਿੱਟੀ ਵੈਸੇ ਹੀ ਚਾਂਦਨੀ ਹਾਂਜੀ ਮੇਰੀ ਚਾਂਦਨੀ ਹਾਂਜੀ ਚਿੱਟਾ ਸੂਟ ਪਾਇਆ ਅੱਛਾ ਇਹਨਾਂ ਦਾ ਕੀ ਰਿਸ਼ਤਾ ਤੁਹਾਡੇ ਨਾਲ ਇਹ ਮੇਰੇ ਹਸਬੈਂਡ ਹੈ ਹਸਬੈਂਡ ਵੀ ਹੈ ਵੀ ਬਾਜੀ ਮੈਂ ਕਿਹਾ ਪੁੱਛ ਲੈਣਾ ਚੰਗਾ ਹੁੰਦਾ ਹਾਂਜੀ ਸਹੀ ਬਾਤ ਹੈ ਮੈਂ ਕੁਝ ਹੋਰ ਕਹਿਦਾ ਫਿਰ ਮੈਨੂੰ ਹੀ ਘੁੱਟ ਪਈ ਹੋਵੇ ਪਾਣੀ ਕੀ ਕਰਦੇ ਤੁਸੀਂ ਕੰਮ ਕਰਨੇ ਆ ਹੀਰਾ ਇੰਜੈਕਸ਼ਨ ਮੋਲਡਿੰਗ ਦਾ ਪਲਾਸਟਿਕ
ਪਲਾਸਕਟ ਦਾ ਕੰਮ ਕਰਦੇ ਹੋ ਅੱਛਾ ਬਾਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ 4 ਸਾਲ 4 ਸਾਲ ਹੋ ਗਏ ਆ ਇਹਨਾਂ 4 ਸਾਲਾਂ 'ਚ ਤਬਦੀਲੀ ਆਉਂਦੀ ਹੈ ਬੰਦਿਆਂ 'ਚ ਕਿ ਨਹੀਂ ਆਉਂਦੀ ਹੈ ਕੀ ਤਬਦੀਲੀ ਆਈ ਭਾਈ 'ਚ ਥੋੜ੍ਹੀ ਚੇਂਜ ਹੋ ਗਏ ਪਹਿਲੇ ਸੇ ਚੇਂਜ ਇਹ ਹੈ ਕਿ ਮੁਹੱਬਤ ਵੱਧ ਗਈ ਹੈ ਪਹਿਲੇ ਸੇ ਜ਼ਿਆਦਾ ਮੁਹੱਬਤ ਵੱਧ ਗਈ ਹੈ ਘੱਟਦੀ ਨਹੀਂ ਹੈ ਨਹੀਂ ਅੱਛੀ ਹੈ ਪਹਿਲੇ ਸੇ ਬਹੁਤ ਕੁਛ ਚੇਂਜ ਹੋ ਗਿਆ ਕਿ ਮੁਹੱਬਤ ਜੋ ਹੈ ਨਾ ਉਹ ਵੱਧ ਗਈ ਹੈ ਖਿਆਲ ਰੱਖਦੇ ਹੈ ਬੱਚੋਂ ਕਾ ਵੀ ਮੇਰਾ ਵੀ ਤੋਹਫੇ ਤੋਹਫੇ ਦਿੰਦੇ ਹਾਂਜੀ ਬਿਲਕੁਲ ਕਹਿੰਦੇ ਆ ਕਿ 2 ਸਾਲਾਂ ਬਾਅਦ ਨਾ ਤੇ ਬੰਦੇ ਨੂੰ ਕੋਈ ਗਾਣਾ ਯਾਦ ਆਉਂਦਾ ਬੁੱਢੀ ਵਾਸਤੇ ਨਾ ਕੋਈ ਸ਼ੇਰ ਆਉਂਦਾ ਵਾ ਨਹੀਂ ਇਹ ਤਾਂ ਸ਼ੁਰੂ ਸੇ ਨਹੀਂ ਸ਼ੇਰ ਗਾਤੇ ਨਾ ਗਾਣਾ ਗੁਣਾ ਨਾ ਸ਼ੇਰ ਕੁਛ ਵੀ ਨਹੀਂ ਅੱਛਾ ਅਰੇਂਜ ਮੈਰਿਜ ਲਵ ਮੈਰਿਜ ਅਰੇਂਜ ਮੈਰਿਜ ਅਰੇਂਜ ਬਾਅਦ ਚੋਂ ਲਵ ਤੇ ਹੋਈ ਜਾਂਦਾ ਰਿਸ਼ਤਾ ਇੰਜ ਦਾ ਵਾ ਹਾਂਜੀ ਰਿਸ਼ਤਾ ਇਸ ਤਰ੍ਹਾਂ ਕਾ ਕਦੇ ਸ਼ੱਕ ਕੀਤਾ ਬੰਦੇ ਤੇ ਨਹੀਂ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਕੇ ਹੈ ਹੀ ਨਹੀਂ ਵੀਰੇ ਕਦੇ ਕੁੱਟ ਪਈ ਬੁੱਢੀ ਕੋਲੋਂ ਨਹੀਂ ਜੀ ਨਹੀਂ ਨਹੀਂ ਬਈ ਨਹੀਂ ਬਈ ਸ਼ਰੀਫ ਆ ਬੰਦਾ ਵਾ ਇਹਨੂੰ ਕਿੱਥੇ ਕੁੱਟ ਪੈਣੀ ਕੋਈ ਸ਼ਰੀਫ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਪੈਂਦੀ ਆ ਚਲੋ ਮੇਰਾ ਇੱਕ ਸਵਾਲ ਦੇਣਾ ਔਰ ਜਵਾਬ ਤੁਸੀਂ ਦੱਸਣਾ ਵਾ ਕਿ ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਤੇ ਪੰਜਾਬ ਦੀ ਸਭ ਤੋਂ ਵੱਡੀ ਦੀਵਾਰ ਕਿਹੜੀ ਆ ਨਹੀਂ ਪਤਾ ਨਹੀਂ ਨਹੀਂ ਮੈਨੂੰ ਉਹ ਸੀ ਹਾਰ ਗਏ ਹਾਰ ਗਏ ਹਮ ਹਾਰ ਗਏ ਸ਼ਰੀਫ ਜੋੜੀ ਹੈ ਪਿਆਰ ਨਾਲ ਹਾਰ ਵੀ ਗਏ ਕੋਈ ਭਾਈ ਨੇ ਗਾਣਾ ਸ਼ੇਰ ਗਾਣਾ ਨਹੀਂ ਆਂਦਾ ਨਹੀਂ ਆਂਦਾ ਤੁਸੀਂ ਨਾ ਆਪਣੀ ਬੁੱਢੀ ਦੀਆਂ 2 ਕੋਈ ਖੂਬੀਆਂ ਦੱਸਣੀਆਂ ਮਸਲਨ ਛਾਈਆਂ ਆਪੀ ਮੈਂ ਨਾ ਆਪਕੋ ਦੇਖਾ ਟੀਵੀ ਮੈਂ ਮੈਂ ਆਪਕੀ ਫੈਨ ਹੂੰ ਬਹੁਤ ਬੜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਬਹੁਤ ਸ਼ੁਕਰੀਆ ਜੀ 2 ਖੂਬੀਆਂ ਕੋਈ ਚੰਗੀ ਗੱਲ ਨਹੀਂ ਬੁੱਢੀ ਚ ਖਾਣਾ ਅੱਛਾ ਪਕਾਉਂਦੀ ਇਧਰ ਜੀ ਤੂੰ ਤਾਂ ਕਿਹਾ ਸੀ ਪਿਆਰ ਹੀ ਬਹੁਤ ਕਰਦਾ ਬੰਦਾ 2 ਛਾਈਆਂ ਨਹੀਂ ਦਸੀਆਂ ਗਈਆਂ ਹੈ ਉਹਨੇ ਬਹੁਤ ਅੱਛਾ ਖਾਣਾ ਬਹੁਤ ਅੱਛਾ ਪਕਾਉਂਦੀ ਔਰ ਵੈਸੇ ਬਹੁਤ ਪਿਆਰ ਨਾਲ ਰਹਿੰਦੀ ਅੱਛਾ ਤੇ ਤੁਸੀਂ ਹੁਣ 2 ਬੁਰੀਆਂ ਆਦਤਾਂ ਹੀ ਦੱਸਣੀਆਂ ਬੁਰੀ ਆਦਤਾਂ ਤਾਂ ਕੋਈ ਨਹੀਂ ਹੈ 2 ਅੱਛੀਆਂ ਦੱਸ ਦਿਓ ਅੱਛੀਆਂ ਐ ਨੇ ਕਿ ਕੋਈ ਵੀ ਕੰਮ ਕਹਿ ਦਿਓ ਤੇ ਕਰ ਦਿੰਦੇ ਨੇ ਵਾਹ ਭਾਂਡੇ ਭੁੰਡੇ ਧੋ ਲੈਂਦੇ ਨਹੀਂ ਭਾਂਡੇ ਭੁੰਡੇ ਨਹੀਂ ਵੈਸੇ ਕੋਈ ਵੀ ਬਾਜ਼ਾਰ ਇਹ ਨਾ ਕੁਝ ਉਹ ਵੀ ਕੋ ਕੁਝ ਵੀ ਕਹਿ ਦਿਓ ਕਿ ਫਲਾਨੀ ਚੀਜ਼ ਖਾਣ ਤੇ ਦਿਲ ਕਰਿਆ ਫੌਰਨ ਲੈ ਆਉਂਦੇ ਨੇ ਉਸ ਦੀ ਇਲਾਵਾ ਅੱਜ ਜਮਾਤ ਸਹੀ ਕਿਸੇ ਦੇ ਨੇ ਕਹਿ ਕੇ ਭਾਂਡੇ ਹੈਗੇ ਮੰਨਦਾ ਵੀ ਹੈ ਨਹੀਂ ਬੰਦਾ ਨਹੀਂ ਭਾਂਡੇ ਹਾਲੋਂ ਨਹੀਂ ਮੰਨਣਗੇ ਭਾਂਡੇ ਅੱਜ ਨਹੀਂ ਮੰਨਦੇ ਚਲੋ ਜੀ ਬਹੁਤ ਸ਼ੁਕਰੀਆ ਵਧੀਆ ਹੋ ਗਿਆ